प्रेजेंट बाय स्वीट रिकॉर्ड एंड रविंदर जंडवालिया। सुना पोस्तिया कनेडा गया थी, की वेख के आया है? मैं क्या कनेडा दी गल सुन ला। अच्छा, कनेडा च मैं तेनू दसा गोरे हसदे भी साडे मुंह आ जी। मैं क्या होर ते होर रोटी भी साडे मुंह खांदे आ, रोटी भी अपने मुंह खांदे आ। मैं क्या होर ता होर तुरदे भी साडे मुंह आ। फिर फर्क की आ? बस फर्क कोई मैनू बड़ा नहीं लगा एडा। भाई पोस्त पोस्त मिलदा उथों? पोस्ता ते भाई पता नहीं, पर ग्लासी ग्लूसी खुली सी एन पूरे आनंद लाए। वाह होर भी थानू जी आया नु घरे आए आ। चाह चू मैं पियोना। माई सुनो, चाह दे बनाई तीन कप। घरे खंड पत्ती है नहीं। ਬਾਈ ਤੁਸੀਂ ਕਿਵੇਂ ਬੈਠੇ ਹੋ ਅੱਜ ਦੇ ਘਰੇ ਆਏ? ਸਾਡਾ ਬਾਈ ਕੈਨੇਡਾ ਤੋਂ ਆਇਆ ਸੀ, ਅਸੀਂ ਇਹ ਚਾਹ ਪਾਣੀ ਪੀਨੇ ਆ, ਨਾਲੇ ਮਿਲ ਕੇ ਆਉਨੇ ਆ। ਓ ਪਾਲਦੇ ਹੋ ਝੋਟਿਆਂ ਦੇ ਘਰੋਂ ਲੱਸੀ, ਇਹਦੇ ਕੋਲ ਤਾਂ ਜਦੋਂ ਆ ਜਾਓ ਕੁਛ ਨਾ ਕੁਛ ਮੁੱਕੇ ਹੀ ਰਹਿੰਦਾ। ਆ ਜਾਓ ਮੈਂ ਪਿਆਉਣਾ ਢਾਬੇ ਤੋਂ ਚਾਹ ਤੁਹਾਨੂੰ। ਓ ਗੱਲ ਸੁਣ ਅਮਲੀਆ, ਇੱਕ ਕੱਪ ਮੇਰੇ ਲਈ ਵੀ ਲੈ ਆਈ। ਆਹੋ ਖੰਡ ਪੱਤੀ ਮੁੱਕੀ, ਅਸੀਂ ਵੀ ਪੀ ਲਾਂਗੇ ਦੋਏ ਜਾਣੇ। ਓ ਭੇਜ ਦੂੰ ਨਾਲੇ ਘਰ ਵਾਲੀ ਵਾਸਤੇ ਵੀ ਭੇਜ ਦੂੰ। ਜਾ ਦੋ ਭੇਜ ਦੀ ਫਿਰ। ਇਹਨਾਂ ਨੂੰ ਹੁਣ ਕੌਣ ਸਮਝਾਵੇ? ਮੈਂ ਕੈਨੇਡਾ ਤੋਂ ਆਇਆ, ਕੋਈ ਬੈਂਕ ਲੁੱਟ ਕੇ ਨਹੀਂ, ਸਾਲੇ ਮੂੰਹ ਚੱਕ ਕੇ ਤੁਰੇ ਆਉਂਦੇ ਪੋਸਤੀ ਦੇ ਘਰੇ। ਦੱਸ ਜੀਜਾ ਜੀ, ਜੀਜਾ ਜੀ ਉਹ ਮੈਂ ਤੇ ਕੱਲਾ ਹੀ ਤੇਰਾ ਜੀਜਾ, ਤੂੰ ਪੰਜਾਂ ਸੱਤਾਂ ਦੇ ਨਾਂ ਲਈਏ ਨੀ, ਬਾਕੀ ਜੀਜੇ ਮੰਜੇ ਥੱਲੇ ਵੜੇ ਆ। ਜੀਜਾ ਜੀ ਤੁਸੀਂ ਕੈਨੇਡਾ ਚੋਂ ਮੇਰੇ ਵਾਸਤੇ ਕੀ ਲੈ ਕੇ ਆਏ ਹੋ? ਮੈਂ ਆਪਣਾ ਆਪ ਹੀ ਲੈ ਕੇ ਆ ਗਿਆ ਥੋੜਾ ਆ। ਜੀਜਾ ਜੀ ਮੈਨੂੰ ਪੈਸੇ ਚਾਹੀਦੇ ਆ। ਪੈਸੇ ਚਾਹੀਦੇ? ਮੈਂ ਤੁਹਾਡਾ ਜੀਜਾ ਆ ਕਿ ਏਟੀਐਮ ਮਸ਼ੀਨ ਨਹੀਂ? ਜੀਜਾ ਜੀ ਬਾਹਰੋਂ ਤਾਂ ਪੈਸੇ ਬਥੇਰੇ ਲੈ ਕੇ ਆਉਂਦੇ ਨੇ ਲੋਕੀ। ਤੈਨੂੰ ਪੈਸੇ ਚਾਹੀਦੇ? ਹਾਂਜੀ। ਏਟੀਐਮ ਮਸ਼ੀਨ ਤੇ ਜਾਓ, ਏਟੀਐਮ ਵਿੱਚ ਪਾਓ ਪੈਸੇ, ਐ ਬਾਹਰ ਆਉਂਦੇ ਜਿਵੇਂ ਗਧੇ ਨੇ ਜੀਭ ਕੱਢੀ ਦੀ। ਜੀਜਾ ਜੀ ਏਟੀਐਮ ਤਾਂ ਦਵੋ। ਏਟੀਐਮ? ਮੈਂ ਤੇ ਲਈ ਰਾਸ਼ਨ ਕਾਰਡ ਨਹੀਂ ਬਣਾਇਆ, ਏਟੀਐਮ ਕਾਰਡ ਕਿੱਥੋਂ ਦੇ ਦਿਆਂ? ਤੈਨੂੰ ਕਾਰਡ ਚਾਹੀਦਾ? ਹਾਂਜੀ। ਅੰਦਰ ਜਾ, ਅਲਵਾਰੀ ਖੋਲ, ਉੱਚ ਮੇਰੇ ਵਿਆਹ ਵਾਲਾ ਕਾਰਡ ਪਿਆ, ਉਹ ਲੈ ਜਾ, ਪਾ ਕੇ ਦੇਖ ਲਈ ਕੀ ਪਤਾ ਪੈਸੇ ਨਿਕਲਣ। ਉਸ ਕਾਰਡ ਨਾਲ ਤਾਂ ਬਰਾਤ ਦੇ ਬੰਦੇ ਹੀ ਨਹੀਂ ਨਿਕਲੇ ਸੀਗੇ, ਪੱਲੇ ਹੀ ਵਿਆਹਣ ਆ ਗਏ ਸੀ ਮੇਰੀ ਭੈਣ ਨੂੰ, ਮੂੰਹ ਚੱਕ ਕੇ ਤਿੰਨ ਚਾਰ ਜਾਣੇ। ਆ ਤਾਂ ਮੂੰਹ ਚੱਕ ਕੇ ਆਉਣਾ ਹੈ ਜੇ ਮੂੰਹ ਅਸੀਂ ਘਰੇ ਰੱਖ ਕੇ ਆਉਂਦੇ? ਤੁਹਾਡੀ ਭੈਣ ਨੇ ਜੈਮਾਲਾ ਸਾਡੇ ਗੋਡੇ ਤੇ ਪਾਉਣੀ ਸੀ, ਮੂੰਹ ਚੱਕ ਕੇ ਆ ਗਏ ਹੈ। ਹੈਂ? 5-6 ਜਾਣੇ ਸੀ, ਮੈਂ, ਮੇਰਾ ਪਿਓ, ਬਾਜੇ ਵਾਲਾ, ਘੋੜੀ ਵਾਲਾ। ਮੈਂ ਕਹਿੰਦਾ ਲੱਖ ਲਾਂ ਤਾਂ ਤੁਹਾਡੇ ਪਿਓ ਦੇ, ਜਿਹੜਾ 5-7 ਬੰਦਿਆਂ ਨੂੰ ਦੇਖ ਕੇ ਹਲਵਾਈਆਂ ਨੂੰ ਕਹਿੰਦਾ ਓਏ ਉਹ ਸਬਜ਼ੀਆਂ 'ਚ ਪਾਣੀ ਪਾ ਦਿਓ, ਬਰਾਤ ਬਹੁਤ ਆ ਗਈ ਆ।